ਕੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਰਐਸਐਸ ਦੇ ਪੱਕੇ ਮੈਂਬਰ ਹਨ? ਕੀ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਆਰਐਸਐਸ ਦੇ ਏਜੰਡੇ ਨੂੰ 90 ਦੇ ਦਹਾਕੇ ਤੋਂ ਲਾਗੂ ਕਰਦੇ ਆ ਰਹੇ ਹਨ? ਕੀ ਆਰਐਸਐਸ ਦੀ ਸ਼ਹਿ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਨੂੰ ਅਗਵਾ ਕਰ ਲਿਆ? ਇਹ ਸਵਾਲ ਅਸੀਂ ਨਹੀਂ, ਨੈਸ਼ਨਲ ਪ੍ਰੋਫੈਸਰ ਆਫ ਸਿੱਖ ਸਟੱਡੀਜ਼ ਅਤੇ ਸਾਬਕਾ ਡਾਇਰੈਕਟਰ ਸਿੱਖ ਹਿਸਟਰੀ ਫਿਊਚਰ ਬੋਰਡ ਸ਼੍ਰੋਮਣੀ ਕਮੇਟੀ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਚੁੱਕੇ ਗਏ ਨੇ ਤੇ ਉਹਨਾਂ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ਸਿੱਖ ਹਿਸਟਰੀ ਦੀ 9ਵੀਂ ਜਿਲਦ ਹਾਈਜੈਕਿੰਗ ਆਫ ਸਿੱਖ ਪੰਥ ਵਿੱਚ 90 ਦੇ ਦਹਾਕੇ ਦੀ ਸਿਆਸਤ ਦੀਆਂ ਵੱਖੀਆਂ ਉਦੇੜੀਆਂ ਗਈਆਂ ਹਨ ਤੇ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਮਿਸਾਲਾਂ ਦੇ ਕੇ ਆਰਐਸਐਸ ਅਤੇ ਬਾਦਲਾਂ ਦੇ ਪਰਦੇ ਪਿਛਲੀ ਚੱਲਦੀ ਰਹੀ ਖੇਡ ਨੂੰ ਬੇਪਰਦਾ ਕਰਨ ਦਾ ਦਾਅਵਾ ਕੀਤਾ ਹੈ। ਡਾਕਟਰ ਦਲਗੀਰ ਮੁਤਾਬਕ ਆਰਐਸਐਸ ਨਾਲ ਅਕਾਲੀ ਦਲ ਦੇ ਸਮਝੌਤੇ ਦਾ ਮੁੱਢ ਫਰਵਰੀ 1994 ਵਿੱਚ ਬੱਝਾ ਸੀ ਤੇ ਉਹਨਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਆਰਐਸਐਸ ਦੇ ਬਾਕਾਇਦਾ ਮੈਂਬਰ ਬਣ ਗਏ। ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਭਾਰਤੀ ਸੰਵਿਧਾਨ ਨੂੰ ਮੰਨਣ ਤੋਂ ਨਾਬਰ ਅਤੇ ਵੱਖਰੇ ਸਿੱਖ ਰਾਜ ਦੇ ਹਮਾਇਤੀ ਪ੍ਰਕਾਸ਼ ਸਿੰਘ ਬਾਦਲ ਨੂੰ ਨੱਥ ਪਾਉਣ ਲਈ ਇਹ ਗੁਪਤ ਸਮਝੌਤਾ ਹੋਇਆ ਸੀ। ਡਾਕਟਰ ਦਲਗੀਰ ਮੁਤਾਬਕ ਆਰਐਸਐਸ ਦੇ ਸੀਨੀਅਰ ਅਹੁਦੇਦਾਰਾਂ ਵੱਲੋਂ 1994 ਵਿੱਚ ਬਾਦਲ ਨਾਲ ਮੁਲਾਕਾਤ ਦਾ ਦੌਰ ਚੱਲਿਆ ਅਤੇ ਪ੍ਰਕਾਸ਼ ਸਿੰਘ ਬਾਦਲ ਸਾਹਮਣੇ ਇਹ ਪੇਸ਼ਕਸ਼ ਰੱਖੀ ਗਈ ਕਿ ਜੇ ਉਹ ਹਿੰਦੂ ਵਿਚਾਰਧਾਰਾ ਨੂੰ ਅਪਣਾ ਲੈਣ ਤਾਂ ਉਹਨਾਂ ਦੇ ਉੱਤਰ ਅਧਿਕਾਰੀ ਪੰਜਾਬ ਵਿੱਚ ਹਮੇਸ਼ਾ ਰਾਜ ਕਰਨਗੇ ਤੇ ਆਰਐਸਐਸ ਹਮੇਸ਼ਾ ਆਪਣੇ ਵਾਅਦੇ ਨੂੰ ਯਾਦ ਰੱਖੇਗੀ। ਡਾਕਟਰ ਦਲਗੀਰ ਮੁਤਾਬਕ ਬਾਦਲ ਨੂੰ ਇਸ ਗੱਲ ਦਾ ਵੀ ਯਕੀਨ ਦਵਾਇਆ ਗਿਆ ਕਿ ਸਮਝੌਤੇ ਨੂੰ ਗੁਪਤ ਰੱਖਿਆ ਜਾਵੇਗਾ। ਡਾਕਟਰ ਦਲਗੀਰ ਮੁਤਾਬਕ ਬਾਦਲ ਨਾਲ ਗੱਲਬਾਤ ਤੋਂ ਪਹਿਲਾਂ ਉਹਨਾਂ ਨੇ ਇਹ ਪੇਸ਼ਕਸ਼ ਮਰਹੂਮ ਗੁਰਚਰਨ ਸਿੰਘ ਟੌੜਾ ਸਾਹਮਣੇ ਵੀ ਰੱਖੀ ਸੀ ਪਰ ਉਹ ਰਾਜੀ ਨਹੀਂ ਹੋਏ। ਡਾਕਟਰ ਦਲਗੀਰ ਮੁਤਾਬਕ ਆਰਐਸਐਸ ਦਾ ਮਿਸ਼ਨ ਟੌੜਾ ਪੂਰਾ ਨਾ ਹੋਣ ਦਾ ਵੱਡਾ ਕਾਰਨ ਇਹ ਸੀ ਕਿ ਟੌੜਾ ਸਾਹਿਬ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਵਰਗੇ ਆਗੂਆਂ ਦੇ ਸੰਪਰਕ ਵਿੱਚ ਸਨ, ਇਸ ਲਈ ਉਹ ਸਿਰਫ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਨਾਲ ਖੁਸ਼ ਨਹੀਂ ਹੋਣ ਵਾਲੇ ਸਨ। ਡਾਕਟਰ ਦਲਗੀਰ ਮੁਤਾਬਕ ਆਰਐਸਐਸ ਦੇ ਟੌੜਾ ਮਿਸ਼ਨ ਦਾ ਖੁਲਾਸਾ ਖੁਦ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨੇ 1998 ਵਿੱਚ ਉਹਨਾਂ ਨਾਲ ਚੰਡੀਗੜ੍ਹ 'ਚ ਇੱਕ ਨਿੱਜੀ ਮੁਲਾਕਾਤ ਦੌਰਾਨ ਉਹਨਾਂ ਦੇ ਸਾਹਮਣੇ ਖੁਦ ਕੀਤਾ ਸੀ। ਡਾਕਟਰ ਦਲਗੀਰ ਮੁਤਾਬਕ ਉਹਨਾਂ ਨੇ ਪੇਸ਼ਕਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਵੀ ਕੀਤੀ ਸੀ ਪਰ ਆਰਐਸਐਸ ਨੂੰ ਉਹਨਾਂ ਤੇ ਭਰੋਸਾ ਨਹੀਂ ਸੀ। ਇਸ ਮਿਸ਼ਨ ਦੀ ਪੂਰਤੀ ਲਈ ਡਾਕਟਰ ਦਲਗੀਰ ਮੁਤਾਬਕ ਆਰਐਸਐਸ ਨੂੰ ਸਭ ਤੋਂ ਯੋਗ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਲੱਗੇ ਕਿਉਂਕਿ ਡਾਕਟਰ ਦਲਗੀਰ ਮੁਤਾਬਕ 13 ਅਪ੍ਰੈਲ 1978 ਵਿੱਚ ਉਸ ਘਟਨਾ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਪਰਖ ਉਹ ਕਰ ਚੁੱਕੇ ਸਨ ਜਦੋਂ 13 ਸਿੱਖ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਨਾਲ ਝੜਪ ਵਿੱਚ ਸ਼ਹੀਦ ਹੋਏ ਸਨ। ਡਾਕਟਰ ਦਲਗੀਰ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਆਰਐਸਐਸ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਬਾਦਲ ਵੱਲੋਂ ਹਾਲਾਂਕਿ ਉਸ ਵੇਲੇ ਕੋਈ ਵਾਅਦਾ ਨਹੀਂ ਕੀਤਾ ਗਿਆ ਪਰ ਉਹਨਾਂ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਗੱਲ ਕਰਨਗੇ ਤੇ ਉਹਨਾਂ ਮੁਤਾਬਕ ਬਾਦਲ ਵੱਲੋਂ ਆਪਣੀ ਪਤਨੀ ਸੁਰਿੰਦਰ ਕੌਰ ਬਾਦਲ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹ ਤੁਰੰਤ ਮੰਨ ਗਏ। ਇਸ ਕਿਤਾਬ ਮੁਤਾਬਕ ਬਾਦਲ ਦਾ ਧਰਮ ਨਾਲ ਕਦੇ ਕੋਈ ਵੀ ਸਰੋਕਾਰ ਨਹੀਂ ਰਿਹਾ, ਕੋਈ ਸਿਧਾਂਤ ਨਹੀਂ। ਡਾਕਟਰ ਦਲਗੀਰ ਮੁਤਾਬਕ ਸਮਝੌਤੇ ਤੋਂ ਤੁਰੰਤ ਬਾਅਦ ਬਾਦਲ ਵੱਲੋਂ ਸਿੱਖਾਂ ਨਾਲ ਸੰਬੰਧਿਤ ਮੁੱਦਿਆਂ ਤੇ ਬਿਆਨ ਦੇਣੇ ਤੁਰੰਤ ਬੰਦ ਕਰ ਦਿੱਤੇ ਗਏ। ਡਾਕਟਰ ਦਲਗੀਰ ਲਿਖਦੇ ਹਨ ਕਿ ਬਾਦਲ ਨਾਲ ਇਸ ਤੋਂ ਬਾਅਦ ਇੱਕ ਹੋਰ ਉੱਚ ਪੱਧਰੀ ਮੀਟਿੰਗ ਹੋਈ ਸੀ ਜਿਸ ਵਿੱਚ ਸੁਦਰਸ਼ਨ, ਅਡਵਾਨੀ ਅਤੇ ਵਾਜਪਾਈ ਵਰਗੇ ਆਗੂ ਹਾਜ਼ਰ ਸਨ ਤੇ ਇਸ ਮੀਟਿੰਗ ਵਿੱਚ ਇੱਕ ਹਵਨ ਵੀ ਕੀਤਾ ਗਿਆ ਜਿਸ ਵਿੱਚ ਬਾਦਲ ਵੱਲੋਂ ਭਾਗ ਲਿਆ ਗਿਆ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।